ਹਾਂ ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਨਵੇਂ ਕੋਰਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਇੱਕ ਨਾਮ ਤੁਸੀਂ ਪਹਿਲਾਂ ਸੁਣਿਆ ਹੋਇਆ NDT, ਇੱਕ ਹੁਣ ਨਵਾਂ ਕੋਰਸ ਆਇਆ DECE, ਡਿਪਲੋਮਾ ਇਨ ਅਰਲੀ ਚਾਈਲਡ ਕੇਅਰ। ਠੀਕ ਹੈ, ਜਿਹਦੀ ਪੋਸਟਾਂ ਹੁਣ ਆ ਵੀ ਚੁੱਕੀਆਂ, 8300 ਹੁਣ ਪੋਸਟਾਂ ਆਈਆਂ ਹੋਈਆਂ ਪੰਜਾਬ ਗਵਰਨਮੈਂਟ ਦੀਆਂ। ਇਹ ਕੀ ਹੈਗਾ, ਜਿਹੜਾ NTT ਸੀਗਾ ਉਹ ਨਰਸਿੰਗ ਟੀਚਰ ਟ੍ਰੇਨਿੰਗ ਜਿਹੜੇ ETT ਕਰਦੇ ਸੀਗੇ ਉਹ ਪੜ੍ਹਾਉਂਦੇ ਸੀਗੇ, ਨਰਸ ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ। ਠੀਕ ਹੈ, ਅਤੇ NTT ਵਾਲੇ ਨਰਸਿੰਗ ਵਾਲੇ ਪੜ੍ਹਾਉਂਦੇ ਸੀਗੇ। ਹੁਣ ਜਿਹੜਾ DEC ਹੈ ਇਹ ਹੈਗਾ 300 ਤੋਂ ਪਹਿਲਾਂ ਵਾਲੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਪਲੇਵੇ ਬਣ ਰਹੇ ਆ, ਬਣ ਚੁੱਕੇ ਆ, ਪਿਛਲੇ 2 ਸਾਲ ਤੋਂ ਬਣੇ ਹੋਏ ਆ, ਜਿਹਦੀ ਹੁਣ ਪਰਮਾਨੈਂਟ ਭਰਤੀ ਹੁਣ ਪਹਿਲੀ ਵਾਰੀ ਆਈ ਆ। ਜੇ 8300 ਹੁਣ ਰੱਖ ਰਹੇ ਟੀਚਰ ਪਰਮਾਨੈਂਟ, ਪਹਿਲਾਂ ਟੈਂਪਰੇਰੀ, ਕਾਫੀ ਟਾਈਮ ਤੋਂ ਟੀਚਰ ਉਹ ਕੰਮ ਕਰਦੇ ਆ ਰਹੇ ਸੀਗੇ, ਹੁਣ ਇਸ ਪੋਸਟ ਨੂੰ ਰੈਗੂਲਰ ਕਰਕੇ ਸਰਕਾਰ ਨੇ 8300 ਪੋਸਟਾਂ ਕੱਢੀਆਂ ਉਹਨਾਂ ਵਾਸਤੇ। ਠੀਕ ਹੈ, ਜਿਹਦੇ ਵਿੱਚ ਬਾਹਰਲੇ ਸਟੂਡੈਂਟ ਜਿਨ੍ਹਾਂ ਨੇ ਪਹਿਲਾਂ NTT ਕੀਤੀ ਹੋਈ ਆ। ਜਿਹੜਾ DEC ਹੈ ਇਹ ਹੁਣ ਨਵਾਂ ਕੋਰਸ ਆਇਆ, ਜਿਹੜਾ ਹੁਣ ਗੌਰਮੈਂਟ ਨੇ ਉਹਨੂੰ ਡਿਗਰੀਆਂ ਤੋਂ ਕਰਾਇਆ, ਅਤੇ ਹੁਣ ਪ੍ਰਾਈਵੇਟ ਇੰਸਟੀਟਿਊਟਸ ਜਿਨ੍ਹਾਂ ਨੂੰ ਅਥਾਰਟੀ ਮਿਲੀ ਹੋਈ ਆ ਉਹ ਵੀ ਕਰਵਾ ਰਹੇ ਆ। ਸਾਡੇ ਕੋਲ ਵੀ ਕੋਰਸ ਅਵੇਲੇਬਲ ਹੈਗਾ ਹੁਣ, DEC ਅਤੇ NTT, ਦੋ ਕੋਰਸ ਸਾਡੇ ਕੋਲ ਨਵੇਂ ਆਏ ਆ। ਇਹਨਾਂ ਵਿੱਚ ਤੁਸੀਂ ਕੋਈ ਵੀ ਕੋਰਸ ਕਰ ਸਕਦੇ ਹੋ। ਤੁਹਾਡੀ +2 ਵਿੱਚੋਂ 4500 ਨੰਬਰ ਚਾਹੀਦੇ, ਤੁਹਾਡੇ +2 ਦੇ ਵਿੱਚੋਂ 4500 ਨੰਬਰ ਤੁਹਾਡੇ ਨੰਬਰ ਚਾਹੀਦੇ ਆ, ਇਹਨਾਂ ਤੁਸੀਂ ਡਿਪਲੋਮਾ ਕਰ ਸਕਦੇ ਹੋ। 1 ਸਾਲ ਦਾ ਡਿਪਲੋਮਾ ਹੈਗਾ, ਜਿਵੇਂ ਹੁਣ ਪੋਸਟਾਂ ਇਹ ਆਈਆਂ ਆ, ਅਤੇ ਪਹਿਲੀ ਵਾਰੀ ਆ ਰਹੀਆਂ, ਨਵਾਂ ਹੁਣ ਬਣ ਰਿਹਾ, ਸਰਕਾਰੀ ਪਲੇਵੇ ਬਣ ਰਹੇ ਆ। ਜਿਵੇਂ ਲੋਕਾਂ ਨੇ ਸਟਾਰਟਿੰਗ ਤੋਂ ਪਹਿਲਾਂ ਜਿਹਨੇ BEd ਕਰ ਲਈ ਸੀ, ETT ਕਰ ਲਈ ਸੀ, ਅਤੇ ਉਹ ਬੰਦੇ ਸੈਟਲ ਹੈਗੇ ਆ, ਅਤੇ ਜਿਹੜੇ ਉਸ ਤੋਂ ਬਾਅਦ ਉਹਨਾਂ ਵੱਲ ਵੇਖ ਕੇ ਲੱਗੇ ਨੇ ਬਾਅਦ ਦੇ ਵਿੱਚੋਂ, ਅਤੇ ਉਹ ਭੀੜ ਦੇ ਵਿੱਚ ਗਵਾਚ ਗਏ ਹੋਣਾ। ਇਸ ਕਰਕੇ ਆਪਣੇ ਜਿਹੜੇ ਪੰਜਾਬੀ ਹੈਗੇ ਆ, ਜਿਹੜੇ ਕੰਮ ਪਿੱਛੇ ਪੈ ਜਾਂਦੇ ਆ, ਉਹਨੂੰ ਖਤਮ ਕਰਕੇ ਬੰਦ ਕਰਦੇ ਆ। ਠੀਕ ਹੈ, ਹੁਣ ਲੋਕਾਂ ਨੇ BEd ETT ਕਰਨੀ ਬੰਦ ਕਰ ਦਿੱਤੀ ਆ, ਪਰ ਕੋਸ਼ਿਸ਼ ਕਰੀ ਵੀ ਜਾਂਦੇ ਹਾਲੇ ਵੀ, ਜਿਹਨਾਂ ਨੂੰ ਉਮੀਦ ਹੈਗੀ ਆ। ਜਿਹੜੀ ਹੁਣ ਨਵੀਂ ਇਹ ਕੋਰਸ ਹੈਗਾ, ਇਹ ਥੋੜ੍ਹੇ ਬਹੁਤ ਇਹਦੇ ਵਿੱਚ ਵੀ ਭੀੜ ਪੈ ਜਾਣੀ ਆ, ਉਦੋਂ ਬਾਅਦ ਇਹਦਾ ਸਕੋਪ ਘੱਟ ਜਾਣਾ ਆ। ਇਸ ਕਰਕੇ ਜਿਹੜੇ ਬੰਦੇ ਸਟਾਰਟਿੰਗ 'ਤੇ ਇਸ ਪੜ੍ਹਾਈ ਨੂੰ ਕਰ ਜਾਣਗੇ ਉਹ ਫਾਇਦਾ ਖੱਟ ਜਾਣਗੇ, ਅਤੇ ਉਦੋਂ ਬਾਅਦ ਬਾਕੀ ਕੋਲ ਸਾਰੇ ਸਰਟੀਫਿਕੇਟ ਹੀ ਰਹਿ ਜਾਣੇ ਆ। ਤੁਹਾਡੇ ਨੇੜੇ ਵੀ ਤੁਹਾਡੇ ਕੋਈ ਨੇੜੇ ਇੰਸਟੀਟਿਊਟ ਹੈਗਾ ਆ ਜਿੱਥੇ DECE ਕਰਾਇਆ ਜਾਂਦਾ, ਜਾਂ ਤੁਸੀਂ ਸਰਕਾਰੀ ਕਰਨਾ ਚਾਹੁੰਦੇ ਤਾਂ ਇਗਨੋ ਤੋਂ ਹੈਗਾ ਆ, ਉੱਥੋਂ ਕਰ ਸਕਦੇ ਹੋ, ਅਤੇ NTT ਇਹ ਕੋਰਸ ਕਰੋ। ਜਿਹੜੇ ਇਸ ਸਾਲ ਦੇ ਵਿੱਚ ਕੋਰਸ ਨੂੰ ਕਰ ਜਾਣਗੇ ਉਹ ਅਗਲੇ ਸਾਲ ਦੇ ਵਿੱਚ ਜੋਬ ਲੱਗਣ ਲੱਗ ਸਕਦੇ ਆ। ਹੁਣ ਪੋਸਟ ਆਉਂਦੀਆਂ ਰਹਿਣੀਆਂ, ਤੁਹਾਡੀ +2 ਕੀਤੀ ਹੋਈ ਆ, ਆਪਦਾ ਇਹ ਡਿਪਲੋਮਾ ਛੋਟਾ ਜਿਹਾ ਹੈਗਾ, ਥੋੜ੍ਹਾ ਜਿਹਾ ਪੜ੍ਹਨਾ ਪੈਂਦਾ ਹੈਗਾ, ਅਤੇ ਉਹ ਕਰਕੇ ਰੱਖੋ ਆਪਦੇ ਕੋਲ। ਠੀਕ ਹੈ, ਤੁਹਾਡਾ ਥੋੜ੍ਹਾ ਏਰੀਆ ਵਧਣਾ ਚਾਹੀਦਾ ਹੈਗਾ, ਆਪਾਂ ਇੱਕ ਪਾਸੇ ਫਿਕਸ ਨਹੀਂ ਰਹਿ ਸਕਦੇ, ਤੁਹਾਡੇ ਕੋਲ ਸੈਕਿੰਡ ਚੋਇਸ ਹੋਣੀ ਚਾਹੀਦੀ ਆ। ਠੀਕ ਹੈ, ਇਸ ਕਰਕੇ ਇਸ ਡਿਪਲੋਮੇ ਕਰੋ। ਇਹਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਮੈਨੂੰ ਕਾਲ ਕਰ ਲਓ, ਮੈਸੇਜ ਕਰ ਲਓ ਜਦੋਂ ਮਰਜ਼ੀ। ਠੀਕ ਹੈ, +2 45% ਨਾਲ ਕੋਈ ਵੀ ਕੈਟਾਗਰੀ ਹੋਵੇ ਉਹ ਐਡਮਿਸ਼ਨ ਲੈ ਸਕਦਾ ਆ। ਠੀਕ ਆ, ਅਤੇ ਬਾਕੀ ਜਿਹੜੀ ਹੋਰ ਕੋਈ ਜਾਣਕਾਰੀ ਹੈਗੀ ਹੈ ਕਿੱਥੋਂ ਅਵੇਲੇਬਲ ਹੈਗਾ ਉਹ ਮੈਂ ਤੁਹਾਡੇ ਨਾਲ, ਮੇਰਾ ਨੰਬਰ ਤੁਹਾਡੇ ਕੋਲ ਹੈਗਾ, ਮੈਨੂੰ ਕਾਲ ਕਰਕੇ ਕਿੰਨੀ ਦੀ ਫੀਸ ਹੈਗੀ ਉਹ ਮੇਰੇ ਨਾਲ ਡਿਸਕਸ ਕਰ ਸਕਦੇ ਹਾਂ, ਜਿਹੜੇ ਬੰਦੇ ਇੰਟਰਸਟਡ ਹੈਗੇ ਆ। ਠੀਕ ਹੈ, ਪੂਰਾ ਵੈਲਿਡ ਕੋਰਸ ਹੋਏਗਾ, 50% ਤੋਂ ਮਾਨਤਾ ਪ੍ਰਾਪਤ ਕੋਰਸ ਹੋਏਗਾ। ਠੀਕ ਹੈ, ਤੁਸੀਂ ਮੇਰੇ ਨਾਲ ਗੱਲ ਕਰਕੇ ਆਪਦਾ ਕੰਟੀਨਿਊ ਕਰ ਸਕਦੇ ਹੋ। ਠੀਕ ਹੈ, ਬਾਕੀ ਹੋਰ ਕੋਈ ਗੱਲਬਾਤ ਹੁੰਦੀ ਕਮੈਂਟ ਕਰ ਦੇਣਾ।